ਅੰਮ੍ਰਿਤਸਰ ਦਿਹਾਤੀ ਕਾਂਗਰਸ ਦਫ਼ਤਰ ਵਿਖੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਔਜਲਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ ਅਤੇ ਵਾਈਸ ਚਾਂਸਲਰ ਤੋਂ ਮੰਗ ਕੀਤੀ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੇ ਜਿਹੜੇ 3 ਕਾਲਜਾਂ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਾਨਤਾ ਰੱਦ ਕੀਤੀ ਗਈ ਸੀ ਉਸ ਨੂੰ ਤੁਰੰਤ ਬਹਾਲ ਕੀਤਾ ਜਾਵੇ। ਔਜਲਾ ਨੇ ਕਿਹਾ ਕਿ ਭਾਵੇਂ ਖਾਲਸਾ ਯੂਨੀਵਰਸਿਟੀ ਬਣਨ ਕਾਰਨ ਮੈਨੇਜਮੈਂਟ ਨੇ ਆਪਣੀ ਮੰਗ ਉੱਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੋਲੋਂ ਇਹ ਮਾਨਤਾ ਰੱਦ ਕਰਵਾਈ ਸੀ, ਪਰ ਪੰਜਾਬ ਸਰਕਾਰ ਵੱਲੋਂ ਖਾਲਸਾ ਯੂਨੀਵਰਸਿਟੀ ਐਕਟ ਰੱਦ ਕਰ ਦੇਣ ਕਾਰਨ ਇਹਨਾਂ 3 ਕਾਲਜਾਂ ਦਾ ਭਵਿੱਖ ਖਤਰੇ ਵਿੱਚ ਹੈ, ਜੋ ਕਿ ਵਿਦਿਆਰਥੀਆਂ, ਸੰਸਥਾ ਅਤੇ ਸਟਾਫ ਲਈ ਖਤਰੇ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਇਸ ਬਾਬਤ ਰਾਜਪਾਲ ਪੰਜਾਬ ਨੂੰ ਵੀ ਪੱਤਰ ਲਿਖਿਆ ਗਿਆ ਹੈ। ਅੰਮ੍ਰਿਤਸਰ ਦਿਹਾਤੀ ਪ੍ਰਧਾਨ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਕਾਂਗਰਸ ਦਾ ਆਉਣ ਵਾਲਾ ਪ੍ਰਧਾਨ ਲੋਕਾਂ ਦੀ ਸਾਰ ਲੈਣ ਵਾਲਾ ਹੋਵੇ। ਔਜਲਾ ਨੇ ਸ਼ਹਿਰ ਵਿੱਚ ਰੁੱਖਾਂ ਦੀ ਘਾਟ ਨੂੰ ਪੂਰਾ ਕਰਨ ਲਈ ਆਪਣੇ ਅਖਤਿਆਰੀ ਕੋਟੇ ਵਿੱਚੋਂ ਵਿਧਾਇਕਾਂ ਦੀ ਮੰਗ ਉੱਤੇ 50 ਲੱਖ ਰੁਪਏ ਦੇਣ ਦੀ ਪੇਸ਼ਕਸ਼ ਵੀ ਕੀਤੀ। ਬੀਐਡ ਕਾਲਜ ਨੂੰ ਤੁਸੀਂ ਕਹਿ ਦਿੰਦੇ ਜੀ, ਉਹਨਾਂ ਜਿਹੜੀ ਬੱਚਿਆਂ ਨੂੰ ਦਿੱਕਤ ਆ ਰਹੀ, ਐਡਮਿਸ਼ਨਾਂ ਨਹੀਂ ਹੋ ਰਹੀਆਂ, ਉਹ ਕਰ ਨਹੀਂ ਰਹੇ। ਖਾਲਸਾ ਕਾਲਜ ਵਾਲੇ ਉਹ ਕਹਿ ਰਹੇ ਕਿ ਅਸੀਂ ਐਡਮਿਸ਼ਨਾਂ ਨਹੀਂ ਲੈਣੀਆਂ, ਉਹਦੇ ਮੁਤਾਲਕ ਮੇਰੇ ਕਾਫੀ ਦੇ ਨੌਲੇਜ ਸੀ ਔਰ ਮੈਂ ਰਾਤੀ ਵਾਪਸ ਆਇਆ ਅੰਮ੍ਰਿਤਸਰ ਤੋਂ, ਪਰ ਮੈਂ ਉਹਦੇ 'ਚ ਅੱਜ ਪ੍ਰਿੰਸੀਪਲ ਸਾਹਿਬਾਨ ਨਾਲ ਵੀ ਔਰ ਵਾਈਸ ਚਾਂਸਲਰ ਸਾਹਿਬਾਨ ਔਰ ਰਜਿਸਟਰ ਸਾਹਿਬ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਇਹੀ ਕਿਹਾ ਵਾ ਕਿ ਜਿਹੜੀ ਡੀਐਪਲੀਕੇਸ਼ਨ ਹੋਈ ਸੀ ਉੱਧਰ ਖਾਲਸਾ ਯੂਨੀਵਰਸਿਟੀ ਹੈਗੀ ਸੀ, ਉਹਨਾਂ ਨੇ ਲਿਖ ਕੇ ਦਿੱਤਾ ਕਿ ਅਸੀਂ ਤੁਹਾਡੇ ਨਾਲ ਨਹੀਂ ਰਹਿਣਾ, ਡੀਐਪਲੀਕੇਟ ਕਰਕੇ ਠੀਕ ਹੈ। ਅੱਜ ਸਰਕਾਰ ਨੇ, ਗੌਰਮੈਂਟ ਨੇ ਸਪੋਰਟੀ ਯੂਨੀਵਰਸਿਟੀ ਸਕ੍ਰੈਪ ਕਰਤੀ ਹੈ, ਕਾਨੂੰਨ ਦੇ ਮੁਤਾਬਕ ਉਹਦੀ ਮਾਨਤਾ ਰੱਦ ਹੋ ਗਈ ਹੈ, ਗਵਰਨਰ ਸਾਹਿਬ ਦਾ ਨੋਟੀਫਿਕੇਸ਼ਨ ਹੋ ਗਈ ਆ, ਉਹ ਜਦੋਂ ਕਾਨੂੰਨ ਬਣ ਗਿਆ ਤਾਂ ਯੂਨੀਵਰਸਿਟੀ ਦੇ ਖਤਮ ਹੋ ਗਈ ਹੈ। ਹੁਣ ਉਸ ਤੋਂ ਬਾਅਦ ਡੀਐਫਲੀਏਸ਼ਨ ਵਾਸਤੇ ਉਹ ਫਿਰ ਲੋਕਾਂ ਨੂੰ ਤੰਗ ਕਰ ਰਹੇ। ਮੈਂ ਇਹਨਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਤੁਸੀਂ ਇਹਨਾਂ ਨੂੰ ਐਫੀਲੀਏਟਡ ਕਰੋ, ਯੂਨੀਵਰਸਿਟੀ ਕੋਲ ਔਰ ਸਰਕਾਰ ਕੋਲ ਪਾਵਰ ਹੈਗੀ ਆ। ਸਾਡੇ ਜਿਹੜੀਆਂ ਧੀਆਂ ਪੜ੍ਹਦੀਆਂ ਨੇ, ਜ਼ਿਆਦਾਤਰ ਉਹ ਗਰੀਬ ਪਰਿਵਾਰਾਂ ਦੇ ਉੱਥੇ ਬੱਚੇ ਪੜ੍ਹਦੇ ਨੇ, ਉਹਨਾਂ ਦੇ ਮੱਦੇਨਜ਼ਰ ਧਿਆਨ 'ਚ ਰੱਖਦੇ ਹੋਏ ਉਹਨਾਂ ਦੀਆਂ ਕਿਉਂਕਿ ਫੀਸਾਂ ਉਸ ਕਾਲਜ ਦੀਆਂ ਬਹੁਤ ਘੱਟ ਨੇ, ਸਪੈਸ਼ਲ ਇੰਟਰਵੈਂਟ ਕੀਤਾ ਹੈ ਕਿ ਇਹਨੂੰ ਤੁਸੀਂ ਜਲਦੀ ਤੋਂ ਜਲਦੀ ਹੱਲ ਕਰਕੇ ਐਫੀਲੀਏਟ ਕਰੋ, ਤਾਂ ਕਿ ਜਿਹੜੇ ਟੀਚਰ ਸਾਹਿਬਾਨਾਂ ਦੇ ਮਨ 'ਤੇ ਕੋਈ ਸ਼ੰਕਾ ਹੈ ਜਾਂ ਬੱਚਿਆਂ ਦੇ ਮਨ 'ਤੇ ਬਹੁਤ ਵੱਡਾ ਇੱਕ ਬੋਝ ਹੈ, ਕਿਉਂਕਿ ਇਹ ਜਿਹੜਾ ਅਦਾਰਾ ਜਿੱਦਾਂ ਫੋਰ ਵੂਮੈਨ ਆ, ਇਹ ਪਬਲਿਕ ਅਦਾਰੇ, ਇਹ ਕਿਸੇ ਦੀ ਜਗੀਰ ਨਹੀਂ ਹੈਗੀ।